मुझे भी जाना इस समय किताब बिहार में खड़ा हूँ, तो घर पे बैठा हुआ सोचा चलो आज आपको एक बिहार दिखाता हूँ, गुजरमल रोड। और देखिए जहाँ पर कार पार्किंग बन चुकी है, यहाँ पर एनिमल डंगरा का अस्पताल सुंदर से एनिमल हॉस्पिटल, चलिए मैं आपको गुजरमल रोड दिखाता हूँ। ये जो रोड है केसरगंज मंडी की तरफ चली जाती है, ये है गुजरमल रोड। यहाँ पर आलू नान की दुकानें लगी हुई हैं। डॉक्टर गुजरमल जिनका कभी नाम होता था शहर में, लोग इलाज करवाने के लिए इस सड़क पर आते थे, लेकिन आज यहाँ पर सब कुछ बदल चुका है। पुरानी बिल्डिंग तो आपको दिखाई नहीं देगी। ये 1947 से पहले का गुजरमल रोड, आज यहाँ सब कुछ बदल चुका है, सब रेनोवेट होने के बाद नई बिल्डिंगें बन चुकी हैं। अब कुछ भी पुराना नहीं, यहाँ पर सब कुछ नया ही नया है। ये पिंडी गली की तरफ चला जाता है, पिंडी गली की तरफ जाता है, ये जब गुजरमल रोड है ना। पिंडी गली में सभी मेडिकल की दुकानें हैं होलसेल, और जहाँ से कपड़े की दुकानें खुल चुकी हैं गुजरमल रोड पर। जो लोग पहले यहाँ रहते थे अब यहाँ देखकर यही सोचेंगे सब कुछ बदल चुका है। ये बिजली बाजार की तरफ चली जाती है, और की हाल चाल है, किधर घूम रहे हो?
ਸਾਰਾ ਕੁਛ ਬਦਲ ਗਿਆ। ਕਈ ਲੋਕ ਤੁਹਾਡੀ ਵੀਡੀਓ ਬਣ ਗਈ ਹੈ, ਬੱਚੇ ਆ ਕੇ ਤੁਸੀਂ ਵੀ ਗੱਲਬਾਤ ਮੇਰੇ ਨਾਲ ਕੀਤੀ। ਅਸੀਂ ਪੈਸੇ ਜਿਹੜੇ ਲੋਕ ਇੱਥੇ ਰਹਿੰਦੇ ਸੀ ਨਾ, ਛੱਡ ਕੇ ਚਲੇ ਗਏ ਨੇ। ਕਈ ਵਾਰੀ ਬੈਠੇ ਬੈਠੇ ਦੇਖ ਲੈਂਦੇ ਯੂਟਿਊਬ ਖੋਲ ਕੇ ਯਾਰ, ਸਾਡਾ ਮਹੱਲਾ ਸੀਗਾ। ਹਾਂ, ਪਹਿਲੇ ਸੇ ਇੱਥੇ ਰਹਿੰਦੇ ਸੀ। ਹਾਂਜੀ ਹਾਂਜੀ ਹਾਂ, ਚਲੋ ਇਕੱਲੇ ਹੀ ਅੱਜ ਤਾਂ ਮੈਂ, ਮੁੰਡਾ ਆਇਆ ਨੀ ਅੱਜ। ਦੇਖੀ ਜਾਂ ਪਰ ਕੁਛ ਵੀ ਆਪਕੋ ਪੁਰਾਣਾ ਨਹੀਂ ਦਿਖਾਈ ਦੇਗਾ। ਗੁੱਜਰਮਲ ਰੋਡ ਜੇ ਤਾਂ ਗੁੱਜਰਮਲ ਰੋਡ ਜੋ ਮੈਨੇ ਵੀ ਆਪਕੋ ਦਿਖਾਇਆ। ਔਰ ਜਹਾਂ ਸਾਹਮਣੇ ਸੱਟਾ ਮਾਰਕੀਟ ਹੋਤੀ ਥੀ, ਲਕਸ਼ਮੀ ਮਾਰਕੀਟ, ਉਹ ਦਿਖਾਤਾ ਹੂੰ ਜੀ ਆਪਕੋ। ਜਹਾਂ ਪਰ ਮੈਂ ਜੇ ਸਾਹਮਣੇ ਲਕਸ਼ਮੀ ਮਾਰਕੀਟ ਹੈ, ਜੇ ਬਾਅਦ ਮੈਂ ਸੱਟਾ ਮਾਰਕੀਟ ਬਣੀ ਥੀ। ਔਰ ਜੇ ਕੇਸਰਗੰਜ ਮੰਡੀ ਕਿਧਰ ਚਲਾ ਜਾਤਾ ਹੈ ਰਸਤਾ, ਉਹ ਦੇਖੀਏ ਲਕਸ਼ਮੀ ਮਾਰਕੀਟ ਜੋ ਪੁਰਾਣੀ ਹੈ, ਨਹੀਂ ਪਰ ਸੱਟਾ ਲਗਤਾ ਤਾਂ ਸੱਟਾ ਮੰਡੀ ਸੀ ਜੇ। ਉਹ ਦੇਖੇ ਮੈਨੇ ਵੀ ਆਪਕੋ ਦਿਖਾਇਆ ਜੇ ਜੋ ਬਾਜ਼ਾਰ ਹੈ, ਡਾਕਟਰ ਗੁੱਜਰਮਲ ਰੋਡ ਦਿਖਾਇਆ ਜਹਾਂ ਪਰ ਆਪਕੋ ਮੈਨੇ, ਜੋ 1947 ਸੇ ਪਹਿਲੇ ਵੀ ਜਹੀ ਬਾਜ਼ਾਰ ਥਾ। ਆਜ ਬਾਜ਼ਾਰ ਤੋਂ ਹੈ ਲੇਕਿਨ ਬਹੁਤ ਲੋਕ ਨਹੀਂ ਹੈ ਜੋ ਪਹਿਲੇ ਰਹਿਤੇ ਥੇ। ਜਿਨ ਚੈਨਲ ਸਬਸਕ੍ਰਾਈਬ ਕਰ ਦੀਜੀਏ, ਹਮ ਬਹੁਤ ਦਿਖਾਤੇ ਹੈ ਜੋ ਕੋਈ ਨਹੀਂ ਦਿਖਾਤਾ। ਹਮ ਇਸ ਲਈ ਦਿਖਾਤੇ ਹੈ ਕਿ ਆਪਕੋ ਕੁਛ ਪੁਰਾਣੀ ਯਾਦਾਂ ਆਪਕੀ ਤਾਜ਼ਾ ਹੋ ਜਾਏ। ਅਤੇ ਚਲਤੇ ਚਲਤੇ ਹਮ ਇਸ ਲਈ ਆਪਕੋ ਦਿਖਾ ਰਹੇ ਹੈ ਕਿ ਜੋ ਸ਼ਹਿਰ ਆਪਕਾ ਥਾ, ਆਜ ਵਹਾਂ ਸਭ ਕੁਝ ਬਦਲ ਚੁੱਕਾ ਹੈ। ਜੇ ਸਭ ਨੂੰ ਪਿਆਰ ਕਰੋ ਦੱਸਿਆ ਜਾਂਦਾ ਹੈ।